विधानसभा हलका फिलौर तो बहुजन समाज पार्टी के सीनियर आगू राम स्वरूप चंबा सबका सरपंच पिंड बिरक के बड़े भरा कवित्र राम चंबा जो बीते दिन शरीरक तौर पर परिवार और समाज में सदा लिए विछोड़ा दे गए सन। स्वर्गीय कवित्र राम चंबा जी की आत्मा की शांति लिए अज श्री गुरु रविदास गुरद्वारा साहब पिंड बिरक विखे अंतम अरदास श्रद्धांजलि समागम का आयोजन किया गया, जिथे वख-वख राजनीतिक समाजिक धार्मिक शख्सियतों ने पहुँच के स्वर्गीय कवित्र राम चंबा नूं शरदा दे फुल भेंट किए। समागम दौरान श्री सुखमनी साहब जी के पाठ के भोग पैण उपरंत कीर्तनी जथे वालों कीर्तन करके संगत नूं गुरबाणी नाल जुड़न का संदेश दिता। इस मौके विशेष तौर पर पुजे बहुजन समाज पार्टी के सूबा प्रधान जसवीर सिंह गढ़ी, एडवोकेट एस एल विरदी, सीनियर बसपा आगू सतपाल विरक, लाल चंद औजला, राम स्वरूप सरोए, प्रवीण बंगा ते अमृत भोंसले ने इकट्ठ नूं संबोधन करदिआं कहा कि स्वर्गीय कवित्र राम ने पूरा जीवन सतगुर रविदास महाराज, बाबा साहेब भीम राव, डॉक्टर अंबेडकर, साहिब कांछी राम जी के अंदोलन लई काम करदिआं समाज नूं समाजिक अते राजनीतिक तौर पर मजबूत करन लई लगा दिता। उन्हां अगे कहा कि उन्हां दे संकल्प नूं मंजिल तक पहुँचाउण लई ਉਹ ਦਿਨ ਰਾਤ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਅਸ਼ੋਕ ਸੰਧੂ, ਹਰਭਜਨ ਸਿੰਘ ਬਲਾਲੋਂ, ਲੇਖਰਾਜ ਜਮਾਲਪੁਰੀ, ਚਰਨਜੀ ਲਾਲ, ਜਗਦੀਸ਼ ਸ਼ੇਰਪੁਰੀ, ਸੁਸ਼ੀਲ ਵਿਰਦੀ, ਨਰਿੰਦਰ ਬਿੱਲਾ, ਕੁਲਵੰਤ ਤੱਖਰ, ਰਣਜੀਤ ਸਿੰਘ ਸਰਪੰਚ, ਅਸ਼ੋਕ ਰੱਤੂ, ਰੇਸ਼ਮ ਲਾਲ ਸਰਪੰਚ, ਹਰਮੇਸ਼ ਗੜਾ, ਖੁਸ਼ੀ ਰਾਮ ਸਰਪੰਚ, ਬਲਵੀਰ ਗੰਨਾ ਪਿੰਡ, ਗੁਰਚੇਤਨ ਗੁਰਾਇਆ ਰਿਟਾਇਰਡ ਐਸ ਡੀ ਓ, ਟੀਨੂ ਫਲੋਰ, ਜੀਵਨ ਕੁਮਾਰ, ਜਿੰਦਰ ਵਿਰਕ, ਮਹਿੰਦਰਪਾਲ, ਧਰਮਪਾਲ, ਸ਼ਿਵ ਚੰਬਾ, ਹਰਮੇਸ਼ ਲਾਲ ਪੰਚ, ਜਸਪਾਲ, ਅਮਰਜੀਤ ਕੌਰ ਪੰਚ, ਚਮਨ ਲਾਲ ਅਤੇ ਵੱਖ ਵੱਖ ਪਿੰਡਾਂ ਤੋਂ ਸਰਪੰਚ ਪੰਚ ਲੰਬੜਦਾਰ ਤੋਂ ਇਲਾਵਾ ਇਲਾਕੇ ਭਰ ਤੋਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ। ਅੱਜ ਆਪਾਂ ਸ੍ਰੀ ਕਵਿਤਰ ਰਾਮ ਜੀ ਦੇ ਅੰਤਮ ਅਰਦਾਸ ਕਵਿਤਰ ਰਾਮ ਜੀ ਦਾ ਜਿਹੜਾ ਸੰਬੰਧ ਹੈ ਉਹ ਚੰਬਾ ਪਰਿਵਾਰ ਨਾਲ ਹੈ। ਚੰਬਾ ਪਰਿਵਾਰ ਜਿਹੜਾ ਹੈ ਇਸ ਪੂਰੇ ਗੁਰਬੇ ਦਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਤੋਂ ਲੈ ਕੇ ਅੱਜ ਤੱਕ ਜਿੱਥੇ ਅੰਦੋਲਨ ਕਾਂਛੀ ਰਾਮ ਜੀ ਦਾ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ। ਇਹੋ ਜਿਹਾ ਪਰਿਵਾਰ ਜਿਹੜੇ ਬਹੁਤ ਘੱਟ ਜਿਹੜੇ ਸਾਡੇ ਸਮਾਜ ਦੇ ਵਿੱਚ ਮਿਲਦੇ ਹੈ। ਇਹ ਇਤਿਹਾਸ ਨੂੰ ਅਸੀਂ ਖਰੀਦ ਕੇ ਜਦੋਂ ਦੇਖਦੇ ਹਾਂ, ਵੈਸੇ ਤਾਂ ਜਿਹੜਾ ਪੰਜਾਬ ਦਾ ਦਲਿਤ ਇਤਿਹਾਸ ਦੇਖਿਆ ਇਸ ਵੇਲੇ ਯੂਨੀਵਰਸਿਟੀਆਂ 'ਚ ਖੋਜ ਦੇ ਵਿੱਚ ਹੈ, ਉਸ ਇਤਿਹਾਸ ਪੰਜਾਬ ਦੇ ਵਿੱਚ ਵੀ ਇਸ ਪਰਿਵਾਰ ਦਾ ਇਸ ਕੁਨਵੇ ਦਾ ਚਿੱਤਰ ਹੈ। ਜੇਕਰ ਕੋਈ ਐਵੇਂ ਨਹੀਂ ਆਉਂਦਾ ਹੈ, ਰਾਮ ਸਰੂਪ ਚੰਬਾ ਸਰਪੰਚ ਬਣਿਆ ਪਿੰਡ ਦਾ, ਇੱਡੇ ਵੱਡੇ ਪਿੰਡ ਦਾ ਜਿਹੜਾ ਦੁਆਬੇ ਦਾ ਬਹੁਤ ਵੱਡੇ ਪਿੰਡਾਂ ਤੋਂ ਹੈ, ਉਹਦਾ ਸਰਪੰਚ ਬਣਨਾ ਕੋਈ ਛੋਟੀ ਗੱਲ ਨਹੀਂ ਹੈ। ਫਿਰ ਸਰਪੰਚ ਹੀ ਨਹੀਂ ਬਲਕਿ ਜਦੋਂ ਉਹ ਗੁਰੂ ਨਾਨਕ ਸੁਖਚੈਨ ਵਾਲਾ ਸਾਹਿਬ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਉਸ ਵੇਲੇ ਉੱਥੇ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਬਣਾ ਕੇ ਉੱਥੇ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣਾ ਸ਼ੁਰੂ ਕੀਤਾ। ਉਹ ਤੋਂ ਬਾਅਦ ਉਹ ਐਮ ਏ ਰਾਮਗੜੀਆ ਕਾਲਜ ਦੇ ਵਿੱਚ ਕਰਨ ਗਏ, ਉੱਥੇ ਵੀ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਬਣਾ ਕੇ ਉੱਥੇ ਗੁਰੂ ਰਵਿਦਾਸ ਜੀ ਦਾ ਔਰ ਬਾਬਾ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹਨੂੰ ਅੱਗੇ ਤੋਰਿਆ। ਔਰ ਉਹ ਤੋਂ ਇਲਾਵਾ ਵੀ ਉਹ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਦੇ ਵਿੱਚ ਜਿਹੜੇ ਸਿਰਕਟ ਆਗੂ ਹੈਗੇ ਆ। ਔਰ ਇਹਨਾਂ ਤੋਂ ਵੀ ਪਹਿਲਾਂ ਇਹਨਾਂ ਇਸ ਹੀ ਪਰਿਵਾਰ ਦੇ ਜਿਹੜੇ ਹੈ ਇਹਨਾਂ ਦੇ ਤਾਇਆ ਜੀ, ਉਹਨਾਂ ਦਾ ਲੜਕਾ ਰਾਮ ਲਾਲ ਇੱਥੇ ਬੈਠੇ ਆ। ਉਹ ਜਿਸ ਵੇਲੇ ਆਜ਼ਾਦੀ ਤੋਂ ਬਾਅਦ ਦਲਿਤ ਲੋਕਾਂ ਨੂੰ ਜ਼ਮੀਨ ਦੇਣ ਦੀ ਗੱਲ ਉੱਠੀ, ਇਹਨਾਂ ਲੋਕਾਂ ਨੂੰ ਵੀ ਜ਼ਮੀਨ ਮਿਲਣੀ ਚਾਹੀਦੀ ਹੈ। ਔਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਲਿਖਿਆ, ਉਹਦਾ ਜਿਹੜਾ ਆ ਬੁੱਤ ਪਾਰਲੀਮੈਂਟ 'ਚ ਲੱਗਣਾ ਚਾਹੀਦਾ। ਤਾਂ ਇਸ ਅੰਦੋਲਨ ਦੇ ਵਿੱਚ ਇਹ ਇਹਨਾਂ ਦੇ ਕੁਨਬੇ 'ਚੋਂ ਹੀ ਰਾਮ ਲਾਲ ਜੀ ਜੇਲ੍ਹ ਵਿੱਚ ਗਏ। ਰਿਪਬਲਿਕਨ ਪਾਰਟੀ ਨੇ ਉਹ ਮੋਰਚਾ ਲਾਇਆ ਸੀ, ਪਾਰਲੀਮੈਂਟ ਦੇ ਵਿੱਚ ਬੁੱਤ ਵੀ ਲੱਗਾ, ਔਰ 1,00,000 ਏਕੜ ਜ਼ਮੀਨ ਜਿਹੜੀ ਹੈ ਉਹ ਜਿਹੜੇ ਡਾਕਟਰ ਗੁਰਜੰਤ ਸਿੰਘ ਹੋਏ ਰਿਪਬਲਿਕਨ ਪਾਰਟੀ ਦੇ ਪ੍ਰਧਾਨ, ਉਹ ਮਾਲ ਮੰਤਰੀ ਬਣੇ 1967 ਦੇ ਵਿੱਚ, ਉਹਨਾਂ ਨੇ 1,00,000 ਏਕੜ ਜਿਹੜੀ ਜ਼ਮੀਨ ਹੈ
अपने लोगों नूं लैके दित्ती और उस तों अलावा भी इह परिवार दे विच जिहड़ा है जदों असीं देखते हाँ सिस्टर जिहड़ी भजनों आ उह बरमिंघम च रहिंदे हैगे आ ते फिर मैं बरमिंघम गया राम स्वरूप भी उस वेले बाहर गया होया सी ते 500 दिन तों साडे प्रोग्राम जिहड़े उदेसी डॉक्टर बाबा साहब अंबेडकर संबंधित है चाहे वह बरबर हैपन सी चाहे बर्मिंघम सी जा कि होर सी उत्थे जा के इतना सुबह करके भी आते रहे और भैन भजनों उत्थे जी श्री गुरु रविदास सभा बर्मिंघम की है उसके विच बहुत अच्छा जिहड़ा योगदान वो पा रहे हैं। फिर इसी परिवार चो साडे भाभी जी लगते जीतो वो समाजिक अंदोलन जिन्हें भी उठे साडे समाज के वो मोहरे होके भूमिका निभाते रहे पिंडा उन्होंने रेहू से पिछों इतने व्याह गए पर फिर उत्थे भी जाके फिर सरपंच बने और अगली पीढ़ी जदों ही देखते हैं हम जी इन्हों तो भी अगली पीढ़ी आ नौजवान जगजीवन आंजी करके बड़ा मशहूर है वो इस वे डॉक्टर अंबेडकर जी इतने लाइब्रेरी है चला रहा है जानी यहोजा परिवार जोड़ा है थानू पंजाब नहीं लगना और इन्हें ही नहीं इन्होंने ही चाचे के लड़के पाल पैंथर धर्मपाल पैंथर पूरे कपूरथले जिले के और जी RCF है रेल कोच फैक्ट्री आ उसे बाबा साहब डॉक्टर अंबेडकर का झंडा बुलंद करके इस जरा अंबेडकरी अंदोलन है उन्होंने अगे तोरन के हमेशा अगे रेंगे और उन्होंने हमेशा ही जरा पेपर भी आता रहता है। इसके गलों का इस परिवार बारे बहुत कीतिया जा सकिया पर साडे आगू मेहमान आए हुए हैगे है क्योंकि उन्होंने भी अपने विचार करने है इसलिए मैं बेनती करता हुआ जरा श्रद्धांजलि अपनी मित्र राम जी को भेंट करता हाँ। जय भीम जय भारत।